ਸਤਿ ਸ਼੍ਰੀ ਅਕਾਲ ਬੱਚੋ ਸਾਰਿਆਂ ਨੂੰ ਕਿਵੇਂ ਹੋ ਸਾਰੇ ਹਾਂਜੀ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਫਟਾਫਟ ਦੇਖ ਕੇ ਦੱਸ ਦੋ ਸਕਰੀਨ ਵਿਜ਼ੀਬਲ ਆ ਮੇਰੀ ਆਵਾਜ਼ ਆ ਰਹੀ ਐ ਸਾਰਿਆਂ ਨੂੰ ਹਾਂਜੀ ਆਵਾਜ਼ ਆ ਰਹੀ ਐ ਸਕਰੀਨ ਵਿਜ਼ੀਬਲ ਆ ਫਟਾਫਟ ਦੇਖ ਕੇ ਦੱਸ ਦੋ ਇੱਕ ਵਾਰੀ ਸੈਸ਼ਨ ਸਟਾਰਟ ਕਰਨ ਤੋਂ ਪਹਿਲਾਂ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣਾ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਤੇ ਕਨਸਟੇਬਲ ਆਊਟ ਹੋਇਆ ਸੀਗਾ ਠੀਕ ਐ ਜੀ ਤਾਂ ਉਸ ਪੇਪਰ ਦੀ ਡੇਟ ਹਾਂਜੀ ਅਗਸਟ ਸੈਪਟੈਂਬਰ ਤੱਕ ਉਹ ਪੇਪਰ ਵੀ ਹੋ ਜਾਣੇ ਨੇ ਤੇ ਕੱਲ ਹੀ ਨੋਟੀਫਿਕੇਸ਼ਨ ਆਇਆ ਸੀਗਾ ਨਿਊਜ਼ਪੇਪਰ ਦੇ ਵਿੱਚ ਕਿ ਚੰਡੀਗੜ੍ਹ ਪੁਲਿਸ ਵਾਲੇ ਕਾਂਸਟੇਬਲਸ ਦੀਆਂ ਭਰਤੀਆਂ ਕੱਢਣ ਵਾਲੇ ਨੇ 700 ਪੋਸਟ ਕੱਢਣ ਵਾਲੇ ਨੇ 700 ਭਰਤੀਆਂ ਹਾਂਜੀ ਅੱਜ ਰਿਲੀਜ਼ ਹੋ ਗਈ ਹੈ ਨੋਟੀਫਿਕੇਸ਼ਨ ਤੇ 700 ਭਰਤੀਆਂ ਠੀਕ ਹੈ ਜੀ 700 ਭਰਤੀਆਂ ਨੇ ਕਾਂਸਟੇਬਲਸ ਦੀ ਤੇ ਜਿਹੜੇ ਬੱਚੇ ਪੁਲਿਸ ਵੱਲ ਜਾਣ ਨੂੰ ਤਿਆਰ ਨੇ ਹਾਂਜੀ ਪੁਲਿਸ ਦੀ ਜੌਬ ਨੂੰ ਤਿਆਗ ਕਰਨ ਨੂੰ ਤਿਆਰ ਨੇ ਤੇ ਫਟਾਫਟ ਤੁਹਾਡੇ ਲਈ ਵੱਡੀਆਂ ਨਿਊਜ਼ ਆ ਤੇ ਛੇਤੀ ਛੇਤੀ ਪੇਪਰ ਨੂੰ ਭਰ ਦੋ ਹਾਂਜੀ ਆ ਨੋਟੀਫਿਕੇਸ਼ਨ ਆਈ ਹੈ ਜੀ ਤੇ ਨੋਟੀਫਿਕੇਸ਼ਨ ਡਿਸਕਸ ਕਰਦੇ ਹਾਂ ਠੀਕ ਹੈ ਜੀ ਮੇਨ ਮੇਨ ਪੁਆਇੰਟਸ ਕੀ ਹੈ ਅੱਜ ਹੀ ਨੋਟੀਫਿਕੇਸ਼ਨ ਰਿਲੀਜ਼ ਹੋਈ ਆ 27 ਮਈ ਤੋਂ ਹਾਂਜੀ 27 ਮਈ ਤੋਂ ਤੁਸੀਂ ਆ ਫਾਰਮ ਫਿਲ ਕਰ ਸਕਦੇ ਹੋ ਠੀਕ ਹੈ ਜੀ 27 ਮਈ ਤੋਂ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਅਮਨ ਜੀ ਗੁੱਡ ਮਾਰਨਿੰਗ ਹਾਂਜੀ ਆ ਚੰਡੀਗੜ੍ਹ ਪੁਲਿਸ ਦੀ ਜੌਬ ਆ ਇੱਕ ਬੈਨੀਫਿਟ ਤੁਹਾਨੂੰ ਦੱਸ ਦਿੰਨੀ ਆ ਚੰਡੀਗੜ੍ਹ ਚੀ ਪੋਸਟਿੰਗ ਰਹਿਣੀ ਆ ਠੀਕ ਹੈ ਜੀ ਤਾਂ ਚੰਡੀਗੜ੍ਹ ਚੀ ਪੋਸਟਿੰਗ ਰਹੇਗੀ ਠੀਕ ਹੈ ਪੰਜਾਬ ਚ ਨਹੀਂ ਜਾਣਾ ਹਰਿਆਣਾ ਚ ਨਹੀਂ ਜਾਣਾ ਸਿਰਫ ਚੰਡੀਗੜ੍ਹ ਠੀਕ ਹੈ ਜੀ ਤਾਂ ਆਪਣੀ 27 ਤਰੀਕ ਤੋਂ ਤੁਸੀਂ ਆ ਫਾਰਮ ਫਿਲ ਕਰ ਸਕਦੇ ਹੋ ਕਲੋਜ਼ਿੰਗ ਡੇਟ ਕੀ ਹੈ ਹਾਂਜੀ ਕਲੋਜ਼ਿੰਗ ਡੇਟ ਆ 17 ਜੂਨ 17 ਜੂਨ ਲਾਸਟ ਡੇਟ ਆ ਪਰ ਤੁਸੀਂ ਲਾਸਟ ਡੇਟ ਤੱਕ ਵੇਟ ਨਹੀਂ ਕਰਨੀ ਤੁਸੀਂ ਛੇਤੀ ਤੋਂ ਛੇਤੀ ਫਾਰਮ ਨੂੰ ਫਿਲ ਕਰਨਾ ਹੈ ਕਿਉਂਕਿ ਲਾਸਟ ਡੇਟ 'ਚ ਕਈ ਵਾਰੀ ਕੀ ਹੋ ਜਾਂਦਾ ਹੈ ਕਿ ਵੈਬਸਾਈਟ ਭਰੀ ਹੋ ਜਾਂਦੀ ਹੈ ਠੀਕ ਹੈ ਟਾਈਮ ਲੱਗ ਜਾਂਦਾ ਹੈ ਫਾਰਮ ਫਿਲ ਨਹੀਂ ਹੁੰਦਾ ਤਾਂ ਆਪਣੇ ਕੋਲ ਟਾਈਮ ਵੀ ਨਹੀਂ ਰਹਿੰਦਾ ਤਾਂ ਆਪਾਂ ਨਾਲ ਦੇ ਨਾਲ ਫਾਰਮ ਫਿਲ ਕਰਨਾ ਹੈ 27 ਤਰੀਕ ਤੋਂ ਹੀ ਸ਼ੁਰੂ ਕਰ ਦੇਣਾ ਹੈ ਹਾਂਜੀ ਪੇਪਰ ਕਦੋਂ ਆ ਪੇਪਰ ਦੀ ਟੈਂਟੇਟਿਵ ਡੇਟ ਵੀ ਆ ਗਈ ਹੈ 23 ਜੁਲਾਈ ਹਾਂਜੀ 23 ਜੁਲਾਈ ਨੂੰ ਆਪਣਾ ਪੇਪਰ ਆ ਤਾਂ ਤੁਸੀਂ ਹੁਣ ਲਾ ਲਓ ਆਪਣਾ ਮਈ ਚੱਲ ਰਿਹਾ ਤਾਂ ਸਿਰਫ ਆਪਣੇ ਕੋਲ 2 ਕ ਮਹੀਨੇ ਰਹਿ ਗਏ ਨੇ 2 ਢਾਈ ਮਹੀਨੇ ਰਹਿ ਗਏ ਨੇ ਠੀਕ ਹੈ ਜੀ ਤੇ ਮਈ ਵੀ ਆਪਾਂ देख लिया ਆਪਣਾ ਅੱਧਾ ਮਹੀਨਾ ਤਾਂ 20 ਤੀ ਗਿਆ ਅੱਜ 20 ਤਰੀਕ ਹੋ ਗਿਆ ਠੀਕ ਹੈ ਜੀ ਤਾਂ 20 ਮਈਆ ਤਾਂ ਇੱਕ ਤਰੀਕੇ ਨਾਲ ਦੋ ਹੀ ਮਹੀਨੇ ਰਹਿ ਗਏ ਨੇ ਆ 20 ਮਈ ਨੂੰ ਨੋਟੀਫਿਕੇਸ਼ਨ ਆਈ ਹੈ ਤਾਂ 23 ਤਰੀਕ ਨੂੰ ਟੈਂਟੇਟਿਵ ਡੇਟ ਆ ਕਿ 23 ਨੂੰ ਪੇਪਰ ਆ ਠੀਕ ਹੈ ਜੀ ਤਾਂ ਜਿਹੜਾ ਬੱਚਾ ਬਿਲਕੁਲ ਫਰੈਸ਼ ਤੋਂ ਤਿਆਰੀ ਕਰ ਰਿਹਾ ਹੈ ਤਾਂ ਬਹੁਤ ਮਹੀਨਾ ਚ ਤਿਆਰੀ ਖਿੱਚ ਲੋ ਹਾਂਜੀ 700 ਟੈਂਪਰੇਰੀ ਪੋਸਟਾਂ ਲਿਖੀਆਂ ਪਰ ਪੱਕੇ ਹੋ ਜਾਂਦੇ ਨੇ ਠੀਕ ਹੈ ਜੀ ਤੇ 2018 ਤੋਂ ਬਾਅਦ 2018 ਤੋਂ ਬਾਅਦ ਆ ਅੱਜ ਪੋਸਟਾਂ ਨਿਕਲਿਆ ਨੇ 2018 ਚ ਨਿਕਲਿਆ ਸੀ ਯਾਨੀ ਕਿ 5 ਸਾਲ ਬਾਅਦ ਕਨਸਟੇਬਲਸ ਦੀ ਭਰਤੀਆਂ ਠੀਕ ਹੈ ਜੀ ਤਾਂ ਆਪਣੀਆਂ 700 ਪੋਸਟਾਂ ਨੇ ਠੀਕ ਹੈ ਲੈਵਲ 3 ਤੇ 7 CPC ਪਲੱਸ ਅਲੌਇੰਸਸ ਥਰੂ ਥਿਸ ਠੀਕ ਹੈ ਜੀ 27 ਤਰੀਕ ਆਪਣੀ ਸ਼ੁਰੂਆਤ ਡੇਟ ਆ ਤੇ 17 ਤਰੀਕ ਤੱਕ ਤੁਸੀਂ ਆ ਫਾਰਮ ਫਿਲ ਕਰ ਸਕਦੇ ਹੋ ਹਾਂਜੀ ਡਿਟੇਲਸ ਦੇਖ ਲੈਣੇ ਆ ਪੋਸਟ ਦੀਆਂ ਕੀ ਨੇ ਹਾਂਜੀ ਆ ਕੈਟੇਗਰੀਜ਼ ਵੰਡਤੀਆਂ ਠੀਕ ਹੈ ਅਨਰੀਜ਼ਰਵਡ ਮੇਲ 178 ਫੀਮੇਲ 101 ਠੀਕ ਹੈ ESM 45 ਟੋਟਲ ਹੋ ਗਏ 324 ਇਦਾਂ ਹੀ OBC ਦੀ ਵੀ ਕੈਟਾਗਰੀ ਵੰਡਤੀ 104 ਮੇਲ 60 ਫੀਮੇਲ 21 ਐਸਐਮ ਦਾ ਟੋਟਲ ਹੋ ਗਿਆ ਹਾਂਜੀ ਐਸਸੀ ਦਾ ਵੀ ਇਦਾਂ ਹੀ ਸੈਗਰੀਗੇਸ਼ਨ ਕਰਤੀ ਤਾਂ ਟੋਟਲ ਆਪਣੀਆਂ ਪੋਸਟਾਂ ਕਿੰਨੀਆਂ ਨੇ ਜੀ 700 ਪੋਸਟਾਂ ਠੀਕ ਹੈ ਜੀ ਤਾਂ ਕਨਸਟੇਬਲ ਦਾ ਪੇਪਰ ਬਾਲਾ ਹੀ ਸੌਖਾ ਆਂਦਾ ਲਾਸਟ ইয়ার ਸਿਲੇਬਸ ਚ ਕੀ ਆਇਆ ਸੀ ਰੀਜ਼ਨਿੰਗ ਮੈਥਸ ਐਂਡ ਜੀਕੇ ਠੀਕ ਹੈ ਜੀ ਲਾਸਟ ইয়ার ਰੀਜ਼ਨਿੰਗ ਮੈਥਸ ਤੇ ਜੀਕੇ ਆਇਆ ਸੀਗਾ ਇਸ ਵਾਰ ਵੀ ਰੀਜ਼ਨਿੰਗ ਮੈਥਸ ਜੀਕੇ ਤਾਂ ਆਏਗਾ ਆਏਗਾ ਨਾਲ ਕੰਪਿਊਟਰਸ ਤੇ ਇੰਗਲਿਸ਼ ਦਾ ਡਾਊਟ ਹੈ ਕਿ ਐਡ ਹੋਏਗਾ ਕਿ ਨਹੀਂ ਹੋਏਗਾ ਹਾਂਜੀ ਜਿੱਦਾਂ ਹੀ ਸਿਲੇਬਸ ਆਏਗਾ ਜਿੱਦਾਂ ਹੀ ਆਪਣੇ ਕੋਲ ਆ ਚੀਜ਼ ਨੋਟੀਫਿਕੇਸ਼ਨ ਆਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਹਾਂਜੀ ਕਿਹੜਾ ਕਿਹੜਾ ਬੱਚਾ ਫਾਰਮ ਫਿਲ ਕਰ ਸਕਦਾ ਹੈ ਹਾਂਜੀ ਐਲੀਜੀਬਿਲਿਟੀ ਕ੍ਰਾਈਟੇਰੀਆ ਪਹਿਲਾਂ ਐਲੀਜੀਬਿਲਿਟੀ ਦੇਖੀਏ ਏਜ ਹਾਂਜੀ ਏਜ ਕਿੰਨੀ ਹੈ ਜਨਰਲ ਕੈਟਾਗਰੀ ਦੀ 18 ਤੋਂ 25 ਸਾਲ ਠੀਕ ਹੈ ਜੀ 18 ਸਾਲ ਤੋਂ 25 ਸਾਲ ਦਾ ਬੱਚਾ ਭਰ ਸਕਦਾ ਹੈ ਠੀਕ ਹੈ 12ਵੀਂ ਮੰਗੀ ਉਹਨਾਂ ਨੇ ਜਿਨ੍ਹਾਂ ਨੇ 12ਵੀਂ ਕਲੀਅਰ ਕੀਤੀ ਆ ਉਹ ਪੇਪਰ ਭਰ ਸਕਦਾ ਠੀਕ ਹੈ ਜੀ 12ਵੀਂ ਆਪਣਾ ਕਲੀਅਰ ਆ ਤਾਂ ਪੇਪਰ ਭਰ ਸਕਦੇ ਹੋ ਜੀ ਹਾਂਜੀ ਆ ਦੇਖੋ ਜੀ OBC ਲਈ 18 ਤੋਂ 28 ਸਾਲ SC ਲਈ 18 ਤੋਂ 30 ਸਾਲ ਠੀਕ ਹੈ ਜੀ ਏਜ ਰਿਲੈਕਸੇਸ਼ਨ ਵੀ ਆ ਠੀਕ ਹੈ ਅਲਗ-ਅਲਗ ਫੀਲਡ ਦੇ ਵਿੱਚ ਏਜ ਰਿਲੈਕਸੇਸ਼ਨ ਵੀ ਆ ਜਿਵੇਂ ਕਿ ਆਪਣੀ ਪੰਜਾਬ ਪੁਲਿਸ ਚ ਹੁੰਦੀ ਹੈ ਠੀਕ ਹੈ ਅੱਗੇ ਦੇਖਦੇ ਆ ਮੇਨ ਮੇਨ ਇਨਫੋਰਮੇਸ਼ਨ ਡਿਸਕਸ ਕਰਾਂਗੇ ਜੀ ਹੋਰ ਕੀ ਕੀ ਆ ਆ ਲੋ ਜੀ ਹਾਂਜੀ ਕਿਹੜਾ ਬੱਚਾ ਫਾਰਮ ਫਿਲ ਕਰ ਸਕਦਾ ਹੈ 10+2 ਹਾਂਜੀ ਆ ਦੇਖੋ ਮਿਨੀਮਮ ਐਜੂਕੇਸ਼ਨ ਕੁਆਲਿਫਿਕੇਸ਼ਨ ਇਜ਼ +2 ਮਿਨੀਮਮ ਠੀਕ ਹੈ ਤੁਸੀਂ ਜ਼ਿਆਦਾ ਵੀ ਕਰ ਸਕਦੇ ਤੁਸੀਂ ਗ੍ਰੈਜੂਏਟ ਹੋ ਠੀਕ ਹੈ ਏਜ ਤੁਹਾਡੀ 18 ਤੋਂ 25 ਸਾਲ ਦੇ ਵਿੱਚ ਆ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਤੇ ਮਿਨੀਮਮ ਕਿੰਨੀ ਚਾਹੀਦੀ ਆਪਾਂ ਨੂੰ 10+2 +2 ਪਾਸ ਹੋਣੇ ਚਾਹੀਦੇ ਹੋ ਤੁਸੀਂ ਡਰਾਈਵਿੰਗ ਸਕਿਲਸ ਠੀਕ ਹੈ ਜੀ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਪੋਜੀਸ਼ਨ ਆਫ ਅ ਵੈਲਿਡ ਡਰਾਈਵਿੰਗ ਲਾਇਸੈਂਸ ਟੂ ਡਰਾਈਵ ਬੋਥ ਟੂ ਵਹੀਲਰਸ ਐਂਡ ਫੋਰ ਵਹੀਲਰਸ ਠੀਕ ਹੈ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈ ਟੂ ਵਿਲਰ ਦਾ ਵੀ ਤੇ ਫੋਰ ਵਿਲਰ ਦਾ ਵੀ ਆ ਮੈਂਡੇਟਰੀ ਆ ਕੰਪਲਸਰੀ ਆ ਮੇਲ ਕੈਂਡੀਡੇਟਸ ਲਈ ਠੀਕ ਹੈ ਜੀ ਮੇਲ ਕੈਂਡੀਡੇਟਸ ਲਈ ਕੰਪਲਸਰੀ ਆ ਟੂ ਵਿਲਰ ਤੇ ਫੋਰ ਵਿਲਰ ਦਾ ਲਾਇਸੈਂਸ ਹੋਣਾ ਚਾਹੀਦਾ ਜੀ ਠੀਕ ਹੈ ਜੀ ਅੱਗੇ ਦੇਖਦੇ ਆ ਕੰਪਿਊਟਰ ਸਕਿਲਸ ਹਾਂਜੀ ਕੰਪਿਊਟਰ ਦੀ ਵੀ ਨੋਲੇਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਕੰਪਿਊਟਰ ਵੀ ਆਉਣਾ ਚਾਹੀਦਾ ਆ ਦੇਖੋ ਪੜਿਆ ਕੈਂਡੀਡੇਟ ਸ਼ੁੱਡ ਹੈਵ ਬੇਸਿਕ ਨੋਲੇਜ ਆਫ ਕੰਪਿਊਟਰਸ ਠੀਕ ਹੈ ਬੇਸਿਕ ਨੋਲੇਜ ਹੋਣੀ ਚਾਹੀਦੀ ਹੈ ਕੰਪਿਊਟਰ ਸਕਿੱਲ ਦੀ ਫਰੋਮ ਅ ਰੈਕੋਗਨਾਈਜ਼ਡ ਇੰਸਟੀਟਿਊਟ ਠੀਕ ਹੈ ਇਸ ਇਸ ਕੈਟਾਗਰੀ ਦੇ ਅੰਦਰ ਆਲ ਦੱਸਿਆ ਹੋਣਾ ਨੇ 5 ਨਵੰਬਰ 2018 ਨੂੰ ਇਸ ਕੈਟਾਗਰੀ ਬੇਸਿਕ ਨੋਲੇਜ ਕੰਪਿਊਟਰਸ ਦੀ ਵੀ ਹੋਣੀ ਚਾਹੀਦੀ ਹੈ ਫਿਰ ਤੁਸੀਂ ਪੇਪਰ ਭਰਿਓ ਠੀਕ ਹੈ ਜੀ ਤੇ ਬਾਕੀ ਆਪਣਾ ਸਰਟੀਫਿਕੇਟ ਹੀ ਹੁੰਦਾ ਇੱਕ ਤਰੀਕੇ ਨਾਲ ਸਰਟੀਫਿਕੇਟ ਜਨਰੇਟ ਕਰਵਾ ਲਓ ਫੀਸ ਕਿੰਨੀ ਹੈ ਹਾਂਜੀ ਪੇਪਰ ਦੀ ਫੀਸ ਕਿੰਨੀ ਆ ਆ ਦੇਖੋ ਜੀ ਅਨ ਰਿਜ਼ਰਵਡ ਅਨਰੀਜ਼ਰਵਡ ਐਂਡ ਓਬੀਸੀ ਹਾਂਜੀ 1000 ਰੁਪਏ ਠੀਕ ਹੈ ਜੀ ਅਨਰੀਜ਼ਰਵਡ ਮਤਲਬ ਆਪਣਾ ਜਨਰਲ ਕੈਟਾਗਰੀ ਓਬੀਸੀ ਲਈ 1000 ਰੁਪਏ ਫੀਸ ਆ ਠੀਕ ਹੈ ਜੀ ਫਾਰਮ ਭਰਨ ਦੀ ਫੀਸ ਭਰਨ ਦੀ 1000 ਰੁਪਏ ਆ ਐਸਸੀ ਈਡਬਲਯੂਐਸ ਲਈ 800 ਰੁਪਏ ਆ ਤੇ ਐਕਸ ਸਰਵਿਸਮੈਨ ਲਈ ਐਗਜ਼ੈਂਪਟਿਡ ਆ ਐਕਸ ਸਰਵਿਸਮੈਨ ਲਈ ਐਗਜ਼ੈਂਪਟਿਡ ਆ ਠੀਕ ਹੈ ਜੀ ਕ੍ਰਾਈਟੇਰੀਆ ਕੀ ਆ ਕਿਵੇਂ ਪੇਪਰ ਬੱਚਾ ਸਿਲੈਕਟ ਹੋਏਗਾ ਜੀ ਹਾਂਜੀ ਆਪਣਾ ਸਭ ਤੋਂ ਪਹਿਲਾਂ ਹੋਏਗਾ ਰਿਟਨ ਟੈਸਟ ਠੀਕ ਹੈ ਜੀ ਰਿਟਨ ਟੈਸਟ ਹੋਏਗਾ ਆਪਣਾ हाँ तो ट की गल कर रहे हैं ओ एम आर शीट की गल कर रहा है तो अपना ऑफलाइन पेपर होगा सौ नंबर का पेपर होना है मल्टीपल चोस एमसीक्यूज ऑब्जेक्टिव टाइप क्वेश्चन हो गए नार्किंग होगी 1 ਨੰਬਰ ਦਾ ਕੁਐਸਚਨ ਹੋਏਗਾ 1 ਨੰਬਰ ਦਾ ਕੁਐਸਚਨ ਹੋਏਗਾ ਤੇ 0.25 네ਗੇਟਿਵ ਮਾਰਕਿੰਗ ਹੋਏਗੀ ਜੇ ਜੇ ਤੁਸੀਂ ਗਲਤ ਕਰਕੇ ਆਓਗੇ ਤਾਂ 0.25 ਕੱਟੇਗਾ ਵੀ ਅੱਗੇ ਦੇਖੋ ਜੀ ਇੱਕ ਹੋਰ ਇਨਫੋਰਮੇਸ਼ਨ ਮੋਸਟ ਇੰਪੋਰਟੈਂਟ ਕੁਐਸਚਨ ਪੇਪਰ ਫॉर द ਰਿਟਨ ਟੈਸਟ ਸ਼ਲ ਬੀ ਇਨ ਹਿੰਦੀ ਇੰਗਲਿਸ਼ ਐਂਡ ਪੰਜਾਬੀ ਹਾਂਜੀ ਜਿਹੜਾ ਕੁਐਸਚਨ ਪੇਪਰ ਆ ਉਹ ਤਿੰਨੋਂ ਲੈਂਗੁਏਜਸ ਵਿੱਚ ਹੋਏਗਾ ਹਿੰਦੀ ਇੰਗਲਿਸ਼ ਐਂਡ ਪੰਜਾਬੀ ਠੀਕ ਹੈ ਜੀ ਪੰਜਾਬ ਦਾ ਪੇਪਰ ਵੀ ਪੰਜਾਬ ਦਾ ਬੱਚਾ ਵੀ ਪਾਸ ਸਕਦਾ ਹਰਿਆਣਾ ਦਾ ਵੀ ਠੀਕ ਹੈ ਜੀ ਚੰਡੀਗੜ੍ਹ ਦਾ ਵੀ ਤੇ ਸਾਰੇ ਤਿੰਨੋਂ ਲੈਂਗੁਏਜਸ ਹੋਏਗਾ each candidate will be given the test paper only in the language selected by the candidate during the application process हां जी ਜਦੋਂ ਤੁਸੀਂ ਫਾਰਮ ਫਿਲ ਕਰੋਗੇ ਤੁਹਾਡੇ ਕੋਲ ਇੱਕ ਆਪਸ਼ਨ ਆਏਗਾ ਕਿ ਤੁਸੀਂ ਪੇਪਰ ਕਿਦੇ ਵਿੱਚ ਦੇਣਾ ਚਾਹੁੰਦੇ ਹੋ ਇੰਗਲਿਸ਼ ਪੰਜਾਬੀ ਜਾਂ ਹਿੰਦੀ ਦੇ ਵਿੱਚ ਠੀਕ ਹੈ ਜੀ ਤਾਂ ਆਪਾਂ ਨੂੰ ਆ ਵੀ ਲਿਖਿਆ ਕਿ ਚੇਂਜ ਆਫ ਮੀਡੀਅਮ ਵਿਲ ਨਾਟ ਬੀ ਪਰਮਿਟਿਡ ਠੀਕ ਹੈ ਜੀ ਤੇ ਜਦੋਂ ਫਾਰਮ ਨੂੰ ਫਿਲ ਕਰੋਗੇ ਧਿਆਨ ਨਾਲ ਫਾਰਮ ਨੂੰ ਜਦੋਂ ਫਿਲ ਕਰੋਗੇ ਧਿਆਨ ਨਾਲ ਲੈਂਗੁਏਜ ਭਰਿਓ ਕਿ ਤੁਸੀਂ ਇੰਗਲਿਸ਼ ਚ ਦੇਣਾ ਹੈ ਹਿੰਦੀ ਚ ਦੇਣਾ ਹੈ ਕਿ ਪੰਜਾਬੀ ਚ ਦੇਣਾ ਹੈ ਜੀ ਦੁਬਾਰਾ ਮੀਡੀਅਮ ਚੇਂਜ ਨਹੀਂ ਹੋਏਗਾ ਹਾਂਜੀ ਦੇਖਿਓ ਕਟ-ਆਫ ਵੀ ਦੱਸੀ ਹੋਈ ਹੈ ਠੀਕ ਹੈ ਜੀ ਕਟ-ਆਫ ਵੀ ਦੱਸੀ ਹੋਈ ਹੈ ਕਿ ਰਿਟਰਨ ਟੈਸਟ ਵਿੱਚ ਜੇ ਤੁਹਾਡੇ ਇੰਨੇ ਹੋਣਗੇ ਫਿਰ ਤੁਹਾਡੇ ਕੋਲ ਅੱਗੇ ਫਿਜ਼ੀਕਲ ਟੈਸਟ ਲਈ ਬੁਲਾਇਆ ਜਾਏਗਾ ਹਾਂਜੀ ਦ ਮਿਨੀਮਮ ਕੁਆਲੀਫਾਈਂਗ ਕਟ-ਆਫ ਮਾਰਕਸ ਮਿਨੀਮਮ ਯਾਨੀ ਕਿ ਕੱਟੋ-ਕੱਟ ਜ਼ਿਆਦਾ ਤੋਂ ਜ਼ਿਆਦਾ ਨਹੀਂ ਕਿਹਾ ਕੱਟੋ-ਕੱਟ ਕੱਟੋ-ਕੱਟ ਜੇ ਤੁਹਾਡੇ ਰਿਟਰਨ ਟੈਸਟ ਦੇ ਵਿੱਚ ਇੰਨੇ ਮਾਰਕਸ ਹੋਣਗੇ ਠੀਕ ਹੈ ਜੀ ਤੇ ਆਪਾਂ ਨੂੰ ਫੇਰ ਬੁਲਾਇਆ ਜਾਏਗਾ ਠੀਕ ਹੈ ਜੀ ਆ ਸੀਬੀਟੀ ਵੀ ਲਿਖਿਆ ਸ਼ਾਇਦ ਇੱਥੇ ਹਾਲੇ ਤੱਕ ਉਹ ਹੀ ਪੇਪਰ ਦੱਸਿਆ ਓਐਮਆਰ ਸ਼ੀਟ ਬੇਸਡ ਰਿਟਨ ਟੈਸਟ ਹੋਣੇ ਠੀਕ ਹੈ ਜੀ ਤੇ ਆਪਣਾ ਘੱਟੋ ਘਾਟ جنرل categories ਦੇ ਕਿੰਨੇ ਨੰਬਰ ਹੋਣੇ ਚਾਹੀਦੇ 40% ਜੇ 100 ਨੰਬਰਾਂ ਦਾ ਪੇਪਰ ਆ ਤਾਂ 40% ਨੰਬਰ ਹੋਣੇ ਚਾਹੀਦੇ ਨੇ 40 ਨੰਬਰ ਹੋਣੇ ਚਾਹੀਦੇ ਨੇ ਤੇ SC ਲਈ 35 ਤੇ OBC ਲਈ 35 ਤੇ ਇੱਕ ਸਰਵਿਸਮੈਨ ਲਈ 30% ਠੀਕ ਹੈ ਜੀ 30% ਹੋਣੇ ਚਾਹੀਦੇ ਆ ਜੇ ਇਹ ਤੁਹਾਡੇ ਆਣਗੇ ਫਿਰ ਤੁਹਾਨੂੰ ਫਿਜ਼ੀਕਲ ਟੈਸਟ ਲਈ ਬੁਲਾਇਆ ਜਾਏਗਾ ਸਭ ਤੋਂ ਪਹਿਲਾਂ ਆਪਣਾ ਰਿਟਨ ਟੈਸਟ ਹੋਏਗਾ ਹਾਂਜੀ ਬੋਨਸ ਮਾਰਕਸ ਵੀ ਮਿਲਣਗੇ ਜੇ ਬੱਚਾ NCC ਦਾ ਹੈ ਠੀਕ ਹੈ ਜੀ NCC ਦਾ ਹੈ ਤੁਹਾਨੂੰ ਬੋਨਸ ਮਾਰਕਸ ਮਿਲਣਗੇ तो दस्य हो तो बहुत घट्ट बच्चे होंगे ने जो एनसीसी वाले होंगे तो अपने आप एक बार रीड कर लो मैं नोटिफिकेशन टेलीग्राम च शेयर करती है हाँ जी हाइट हाइट चेक कर लो ता ही फॉर्म फिल कर पाओगे हाँ जी जे मेल कैंडीडेट आ वन एटी थ्री सेंटीमीटर और अबव घटो घट्टी किइट होनी चाहिए वन एटी थ्री सेंटीमीटर या उस तो ज़्यादा घट्टो घट्ट एक सौ वन एटी थ्री ਤੇ ਫੀਮੇਲ ਵਾਲੇ 160 ਸੈਂਟੀਮੀਟਰ অর ਅਬਵ ਹੁਣ ਦੇਖੋ ਜਦੋਂ ਫਿਜ਼ੀਕਲ ਟੈਸਟ ਹੁੰਦਾ ਠੀਕ ਹੈ ਹਾਈਟ ਲਈ ਤੁਹਾਨੂੰ ਬਾਅਦ ਚ ਕੱਟ ਦਿੰਦੇ ਆ ਤਾਂ ਪਹਿਲਾਂ ਹੀ ਆਪਣੀ ਹਾਈਟ ਚੈੱਕ ਕਰਕੇ ਜਾਓ ਕਿ ਤੁਹਾਡੀ ਹਾਈਟ ਇੰਨੀ ਹੈਗੀ ਹੈ ਫਿਰ ਫਾਰਮ ਫਿਲ ਕਰਿਓ ਕਿਉਂਕਿ ਹਾਈਟ ਇੱਕਦਮ ਤਾਂ ਵਧ ਨਹੀਂ ਜਾਏਗੀ 2-3 ਮਹੀਨਿਆਂ ਚ ਠੀਕ ਹੈ ਤੁਸੀਂ ਆਪਣਾ ਫਿਜ਼ੀਕਲ ਤਾਂ ਕਲੀਅਰ ਕਰ ਲੋਗੇ ਪ੍ਰੈਕਟਿਸ ਕਰਕੇ ਪਰ ਹਾਈਟ ਨਹੀਂ ਵਧਾ ਸਕੋਗੇ ਤਾਂ ਹਾਈਟ ਏਜ ਚੈੱਕ ਕਰਕੇ ਜਾਇਓ ਫੀਸ ਕੱਟਣੀ ਹੈ 1000 ਰੁਪਿਆ ਕੱਟ 1000 ਰੁਪਏ ਫੀਸ ਆ ਜਨਰਲ ਕੈਟਾਗਰੀ ਲਈ ਹਾਂਜੀ ਹਾਂਜੀ ਗਗਨ ਜੀ ਚੈੱਕ ਕਰ ਲਿਓ ਤੁਹਾਡੀ ਏਜ 18 ਤੋਂ 25 ਦੇ ਵਿੱਚ ਆ ਰਹੀ ਹੈ ਤਾਂ ਤੁਸੀਂ ਭਰ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਜੇ ਤੁਹਾਡਾ ਰਿਟਰਨ ਟੈਸਟ ਕਲੀਅਰ ਹੋ ਗਿਆ ਘੱਟੋ ਘੱਟ 40% ਨੰਬਰ ਆ ਗਏ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਐਫੀਸ਼ੀਐਂਸੀ ਐਂਡ ਮੈਜ਼ਰਮੈਂਟ ਟੈਸਟ ਹੋਣਾ ਠੀਕ ਹੈ ਜੀ ਫਿਜ਼ੀਕਲ ਐਫੀਸ਼ੀਐਂਸੀ ਐਂਡ ਮੈਜ਼ਰਮੈਂਟ ਟੈਸਟ ਹਾਂਜੀ ਜੇ ਤੁਸੀਂ 1998 ਹੋ ਚੈੱਕ ਕਰ ਲਓ ਆਪਣੀ ਏਜ ਕਿੰਨੀ ਬਣਦੀ ਹੈ ਅਗੁਰਪ੍ਰੀਤ ਜੀ ਗਰਲਸ ਲਈ ਉਹਨਾਂ ਨੇ ਮੰਡੇਟਰੀ ਨਹੀਂ ਕਿਹਾ ਲਾਇਸੈਂਸ ਲਈ ਠੀਕ ਹੈ ਜੀ ਤੇ ਮੇਲ ਲਈ ਸਪੈਸੀਫਿਕ ਲਿਖਿਆ ਠੀਕ ਹੈ ਮੇਲ ਲਈ ਸਪੈਸੀਫਿਕ ਲਿਖਿਆ ਗਰਲਸ ਲਈ ਨਹੀਂ ਲਿਖਿਆ ਤਾਂ ਇਟ ਮੀਨਸ ਨਹੀਂ ਹੋਏਗਾ ਨਹੀਂ ਤਾਂ ਲਿਖ ਦਿੰਦੇ ਫੋਰ ਮੇਲ ਐਂਡ ਫੀਮੇਲ ਬੋਥ ਠੀਕ ਹੈ ਜੀ ਸੋ ਡੋਨਟ ਵਰੀ ਜੇ ਕੁੜੀਆਂ ਹੋ ਤੇ ਇਹਦੇ ਚ ਇੱਥੇ ਕੁਝ ਵੀ ਨਹੀਂ ਲਿਖਿਆ ਹੋਇਆ ਤੁਸੀਂ ਭਰੋ ਬੇਚਿੰਤ ਹੋ ਕੇ ਪੇਪਰ ਹਾਂਜੀ ਫਿਜ਼ੀਕਲ ਐਫੀਸ਼ੀਐਂਸੀ ਐਂਡ ਮੈਜ਼ਰਮੈਂਟ ਟੈਸਟ ਜਿਹੜਾ ਸਭ ਤੋਂ ਪਹਿਲਾ ਟੈਸਟ ਹੋਏਗਾ ਹਾਈਟ ਤੇ ਚੈਸਟ ਦਾ ਹੋਣਾ ਠੀਕ ਹੈ ਜੀ ਮੁੰਡਿਆਂ ਦਾ ਹਾਈਟ ਤੇ ਚੈਸਟ ਦਾ ਟੈਸਟ ਤੇ ਹਾਈਟ ਆਪਾਂ ਨੂੰ ਪਹਿਲੇ ਹੀ ਦੱਸਤੀ ਹੈ ਜੇ ਇਹ ਤੁਹਾਡੀ ਹਾਈਟ ਹੋਏਗੀ ਚੈਸਟ ਹੋਏਗੀ ਠੀਕ ਹੈ ਤਾਂ ਹੀ ਤੁਸੀਂ ਕਲੀਅਰ ਕਰ पाओगे ਫਿਜ਼ੀਕਲ ਐਫੀਸ਼ੀਐਂਸੀ ਟੈਸਟ ਤਾਂ ਹਾਈਟ ਦੋ ਮਹੀਨਿਆਂ ਚ ਨਹੀਂ ਵੱਧਦੀ ਹਾਈਟ ਚੈੱਕ ਕਰ ਲਓ ਜੇ ਤੁਹਾਡੀ ਹਾਈਟ ਹੈਗੀ ਹੈ ਫਿਰ ਤੁਸੀਂ ਆਪਰੋ ਤੇ ਬਾਕੀ ਆਪਾਂ ਨੂੰ ਦੱਸਿਆ ਹੋਇਆ ਕੀ ਕੀ ਪੈਰਾਮੀਟਰਸ ਨੇ ਠੀਕ ਹੈ ਤੁਹਾਡੀ ਕੀ ਕੀ ਲਗਣੀਆਂ ਦੌੜਾ ਜੀਆਂ ਜੜੀਆਂ ਲਗਣੀਆਂ ਹੈ 7 ਮਿੰਟ ਦੀ 6.5 ਮਿੰਟ ਦੀ ਠੀਕ ਹੈ ਤਾਂ ਪਹਿਲਾਂ ਆਪਾਂ ਟੈਸਟ ਨੂੰ ਪਹਿਲੇ ਜ਼ੋਰ ਪਾਣਾ ਕਿਉਂਕਿ ਟੈਸਟ ਆਪਣਾ 2 ਮਹੀਨੇ ਦੇ ਅੰਦਰ-ਅੰਦਰ ਆ ਠੀਕ ਹੈ 2 ਮਹੀਨੇ ਆਪਣੇ ਕੋਲ ਸਿਰਫ ਹਾਰਡ ਵਰਕ ਕਰੋ ਸクセਸਫੁਲ ਪੰਜਾਬ ਦੇ ਚੈਨਲ ਨੂੰ ਲਾਈਕ ਕਰੋ ਠੀਕ ਹੈ ਟੈਲੀਗ੍ਰam ਜੋ ਗਰੁੱਪ ਜੁਆਇਨ ਕਰੋ ਲੌਂਗ ਜੰਪ ਠੀਕ ਹੈ ਤੇ ਨਾਲ ਦੇ ਨਾਲ ਆਪਣੀ ਆवली ਫਿਜ਼ੀਕਲ ਐਫੀਸ਼ੀਐਂਸੀ ਵੀ ਵਧਾਓ ਠੀਕ ਹੈ ਜੀ ਆਪਣੀ ਰਨਿੰਗ ਕਰਨੀ ਸ਼ੁਰੂ ਕਰ ਦਿਓ ਜੇ ਤੁਸੀਂ ਆਪਣਾ ਪੰਜਾਬ ਪੁਲਿਸ ਦਾ ਪੇਪਰ ਜਾਂ ਇਹ ਵਾਲਾ ਪੇਪਰ ਭਰਨਾ ਹੈ ਚੰਡੀਗੜ੍ਹ ਪੁਲਿਸ ਦਾ ਤਾਂ ਆਪਣੀ ਫਿਜ਼ੀਕਲ ਐਫੀਸ਼ੀਐਂਸੀ ਵੀ ਵਧਾਓ ਠੀਕ ਹੈ ਨਾਲ-ਨਾਲ ਐਕਸਰਸਾਈਜ਼ ਕਰਨੀ ਜੰਪਿੰਗ ਆ ਸਭ ਕਰਨਾ ਸ਼ੁਰੂ ਕਰ ਦਿਓ ਜੀ ਤਾਂ ਤੁਹਾਡੇ ਲਈ ਸੁਨਹਿਰਾ ਮੌਕਾ ਹੈ ਤੇ ਆਪਣੇ ਕੋਲ ਪੰਜਾਬ ਪੁਲਿਸ ਦੀ ਤਾਂ ਨੋਟੀਫਿਕੇਸ਼ਨ ਆਈ ਆਈ ਹੈ ਨਾਲ-ਨਾਲ ਚੰਡੀਗੜ੍ਹ ਪੁਲਿਸ ਦੀ ਵੀ ਆ ਗਈ ਜੀ ਹਾਂਜੀ ਇੱਕ ਵਾਰੀ ਚੈੱਕ ਕਰ ਲੈਣਿਆ ਸਿਲੇਬਸ ਹੈ ਕਿ ਨਹੀਂ ਠੀਕ ਹੈ ਜੀ ਬਾਕੀ ਆਪਣਾ ਲਾਸਟ ਈਅਰ ਸਿਲੇਬਸ ਵਿੱਚ ਰੀਜ਼ਨਿੰਗ ਜੀਕੇ ਤੇ ਆਪਣਾ ਸਿਰਫ ਮੈਥਸ ਆਇਆ ਸੀਗਾ ਇੱਥੇ ਚੱਕ ਲੈਣੇ ਆ ਸਿਲੇਬਸ ਦਿੱਤਾ ਹੋਇਆ ਨਹੀਂ ਦਿੱਤਾ ਜੀ ਤੇ ਜਿੱਦਾਂ ਹੀ ਸਿਲੇਬਸ ਆਏਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਅਸੀਂ ਠੀਕ ਹੈ ਜੀ ਤਾਂ ਪੇਪਰ ਪਰ ਦੋ ਤਿਆਰੀ ਖਿੱਚ ਲੋ ਮਨਪ੍ਰੀਤ ਜੀ ਇੱਥੇ ਹਾਲੇ ਇਹਨਾਂ ਨੇ ਲਿਖਿਆ ਹੋਇਆ ਕਿ ਜਿਹੜੇ ਸਪੋਰਟਸ ਪਰਸਨ ਨੇ ਉਹਨਾਂ ਨੂੰ ਕੰਪਿਊਟਰ ਸਰਟੀਫਿਕੇਟ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਹਾਂਜੀ ਆਪਣੀ ਨੋਟੀਫਿਕੇਸ਼ਨ ਡਿਸਕਸ ਹੋ ਗਈ ਹੈ ਟੈਲੀਗ੍ਰਾਮ ਗਰੁੱਪ ਚ ਮੈਂ ਤੁਹਾਡੇ ਨਾਲ ਸਾਂਝਾ ਕਰਤਾ ਹੈ ਜੀ ਠੀਕ ਹੈ ਟੈਲੀਗ੍ਰਾਮ ਗਰੁੱਪ ਚ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਹੈ ਇੱਕ ਵਾਰੀ ਚੈੱਕ ਕਰ ਲਿਓ ਤੁਸੀਂ ਐਲੀਜੀਬਲ ਹੋ ਜੇ ਐਲੀਜੀਬਲ ਹੋ ਤਾਂ ਸਬ ਇੰਸਪੈਕਟਰ ਦਾ ਪੰਜਾਬ ਪੁਲਿਸ ਦਾ ਪੇਪਰ ਵੀ ਆ ਕਨਸਟੇਬਲ ਦਾ ਵੀ ਆ ਤੇ ਚੰਡੀਗੜ੍ਹ ਪੁਲਿਸ ਕਨਸਟੇਬਲ ਦਾ ਵੀ ਆ ਜੀ ਤਾਂ ਪੇਪਰ ਵਾਲਾ ਹੀ ਸੌਖਾ ਆਣ ਵਾਲਾ ਹੈ ਠੀਕ ਹੈ ਤੇ ਆਫਲਾਈਨ ਪੇਪਰ ਆ ਤੇ ਨਾਲ ਨਾਲ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਵੀ ਹੋਣਾ ਹੈ ਹਾਈਟ ਚੈੱਕ ਕਰ ਲਿਓ ਏਜ ਚੈੱਕ ਕਰ ਲਿਓ ਜੇ ਤੁਸੀਂ ਹਾਈਟ ਏਜ ਹੈਗੀ ਹੈ ਤੁਹਾਡੀ ਤੁਸੀਂ ਪੇਪਰ ਨੂੰ ਜ਼ਰੂਰ ਭਰੋ ਜੀ ਹਾਂਜੀ ਚੈੱਕ ਕਰੋ ਜੀ ਆਵਾਜ਼ ਆ ਰਹੀ ਹੈ ਸਕਰੀਨ ਵਿਜੀਬਲ ਆ ਆਮ ਆਡੀਬਲ ਟੂ ਆਲ ਬੱਚੇ ਆਵਾਜ਼ ਆ ਰਹੀ ਹੈ ਹਾਂਜੀ ਮਨਪ੍ਰੀਤ ਜੀ ਉਹ ਐਕਚੁਅਲੀ ਬਫਰਿੰਗ ਹੋਣੀ ਸ਼ੁਰੂ ਹੋ ਗਈ ਸੀ ਇੰਟਰਨੈਟ ਦਾ ਇਸ਼ੂ ਆ ਗਿਆ ਸੀ ਬੱਚੇ ਇੱਥੇ ਲਿਖਿਆ ਨਹੀਂ ਹੋਇਆ ਕਿ ਜੇ ਤੁਸੀਂ ਸਪੋਰਟਸ ਕੋਟਾ ਦੇ ਪਰਸਨ ਹੋ ਤਾਂ ਤੁਹਾਨੂੰ ਕੰਪਿਊਟਰ ਸਰਟੀਫਿਕੇਟ ਚਾਹੀਦਾ ਹੈ ਕਿ ਨਹੀਂ ਚਾਹੀਦਾ ਠੀਕ ਹੈ ਜੀ ਆ ਨੋਟੀਫਿਕੇਸ਼ਨ ਤੁਹਾਡੇ ਨਾਲ ਮੈਂ ਸਾਂਝੀ ਕਰਤੀ ਹੈ ਸਕਸੈਸਰੀ ਪੰਜਾਬ 'ਚ ਇੱਥੇ ਕੁਝ ਵੀ ਨਹੀਂ ਲਿਖਿਆ ਹੋਇਆ ਤੇ ਆਪਾਂ ਨੇ ਸਿਰਫ ਇੱਕ ਕੰਪਿਊਟਰ ਸਰਟੀਫਿਕੇਟ ਜਿਹੜਾ ਬਣਾਣਾ ਹੈ ਕੁਝ ਜ਼ਿਆਦਾ ਔਖਾ ਨਹੀਂ ਹੁੰਦਾ ਠੀਕ ਹੈ ਐਕਸਲ ਵਗੈਰਾ ਦਾ ਹੁੰਦਾ ਹੈ ਜੇ ਤੁਸੀਂ ਕਰ ਸਕਦੇ ਹੋ ਤਾਂ ਬਹੁਤ ਵਧੀਆ ਹੈ ਤੁਹਾਡੇ ਅੱਗੇ ਵੀ ਪੇਪਰਸ 'ਚ ਕੰਮ ਆਏਗਾ ਹਰੇਕ ਪੇਪਰ ਠੀਕ ਹੈ ਜੀ ਤੇ ਇੱਥੇ ਕੁਝ ਵੀ ਮੈਂਸ਼ਨ ਨਹੀਂ ਹੈ ਠੀਕ ਹੈ ਜੀ ਚਲੋ ਜੀ ਆ ਪੇਪਰ 27 ਤਰੀਕ ਨੂੰ ਖੁੱਲਣਾ ਹੈ ਜੀ ਤਾਂ 27 ਤਰੀਕ ਨੂੰ ਤੁਸੀਂ ਫਟਾਫਟ ਜਾ ਕੇ ਪੇਪਰ ਨੂੰ ਫਿਲ ਕਰ ਦਿਓ ਜਨਰਲ ਕੈਟਾਗਰੀ ਦੀ ਫੀਸ ਆ 1000 ਰੁਪਏ ਤੇ ਏਜ ਆ 18 ਤੋਂ 25 ਸਾਲ ਤੇ ਜੇ ਤੁਸੀਂ ਪਲੱਸ 2 ਕੀਤੀ ਹੋਈ ਹੈ ਤਾਂ ਤੁਸੀਂ ਪੇਪਰ ਨੂੰ ਫਿਲ ਕਰ ਸਕਦੇ ਹੋ ਜੀ ਜਿਵੇਂ ਹੀ ਸਿਲੇਬਸ ਆਏਗਾ ਮੈਂ ਹਰਜੀਤ कौर ਤੁਹਾਡੇ ਨਾਲ ਸਾਂਝਾ ਕਰਾਂਗੀ ਚੰਗਾ ਜੀ ਬਾਏ ਬਾਏ ਟੇਕ ਕੇਅਰ Thank you all.